नमस्कार आदाब सत श्री अकाल, मैं हाँ सरबजीत सिंह, हाजिर हाँ प्रोग्राम लैके किताबां दे पन्ने। अज तुसी सुनोगे नावलकार नानक सिंह दा लिखिया होया नावल चिट्टा लहू दा 15वां भाग। बचन सिंह रोज़ ही नेम नाल ज्ञानी होरां पास जा बैंदा ते हर रोज़ कई वक्खो वक्ख विषयां ते दोहां दी चर्चा हुंदी रहिंदी सी। बचन सिंह नूं इस चर्चा विच्चों बड़ा आनंद आउंदा सी। एक दिन दुपहर वेले जद ओह गुरद्वारे आया ਤਾਂ ਅੱਗੇ ਗਿਆਨੀ ਹੋਰੀ ਮੁੰਡੇ ਕੁੜੀਆਂ ਨੂੰ ਪੜ੍ਹਨ ਦੀ ਤਕੜਾਈ ਕਰਕੇ ਕਿਤੇ ਜਾਣ ਲਈ ਤਿਆਰ ਖੜੇ ਸਨ। ਬਚਨ ਸਿੰਘ ਨੇ ਆਉਂਦਿਆਂ ਹੀ ਪੁੱਛਿਆ, ਅੱਜ ਕਿੱਧਰ ਤਿਆਰ ਹੋਏ ਹੋ? ਬਸ ਜੀ, ਤੁਹਾਨੂੰ ਹੀ ਉਡੀਕ ਰਿਹਾ ਸਾਂ, ਕੱਪੜੇ ਮੈਲੇ ਹੋਏ ਸਨ, ਮੈਂ ਆਖਿਆ ਖੂਹ 'ਤੇ ਜਾ ਕੇ ਧੋ ਲਿਆ ਵਾਂ। ਮੇਰੀ ਮਰਜ਼ੀ ਸੀ, ਜੇ ਤੁਸੀਂ ਵੀ ਨਾਲ ਚੱਲਦੇ ਤਾਂ ਚੰਗਾ ਹੁੰਦਾ, ਸੈਰ ਸਪਾਟਾ ਹੋ ਜਾਂਦਾ, ਗਿਆਨੀ ਜੀ ਨੇ ਬਚਨ ਸਿੰਘ ਨੂੰ ਕਿਹਾ। ਚਲੋ ਫਿਰ, ਕਹਿ ਕੇ ਬਚਨ ਸਿੰਘ ਨਾਲ ਉਹ ਤੁਰਿਆ। ਦੋਵੇਂ ਜਦ ਬੂਹਿਓਂ ਬਾਹਰ ਨਿਕਲੇ ਤਾਂ ਉਹੀ ਕੁੜੀ ਕੂੜੇ ਵਾਲੀ ਖਾਲੀ ਟੋਕਰੀ ਇੱਕ ਪਾਸੇ ਰੱਖ ਕੇ ਕੰਧ ਵੱਲ ਮੂੰਹ ਕੀਤੀ ਉਂਗਲ ਨਾਲ ਜ਼ਮੀਨ ਉੱਤੇ ਕੁਝ ਲਿਖ ਰਹੀ ਸੀ। ਉਸਦੇ ਕੋਲ ਕਾਗਜ਼ ਦਾ ਇੱਕ ਪਾਟਾ ਹੋਇਆ ਟੁਕੜਾ ਸੀ ਜਿਸ ਤੋਂ ਵੇਖ ਕੇ ਉਹ ਲਿਖਦੀ ਜਾਂਦੀ ਸੀ। ਉਸਦੇ ਮੋਤੀਆਂ ਵਰਗੇ ਸੁੰਦਰ ਅੱਖਰ ਵੇਖ ਕੇ ਜੋ ਬਿਲਕੁਲ ਛਾਪੇ ਦੇ ਮਾਲੂਮ ਹੁੰਦੇ ਸਨ, ਦੋਵੇਂ ਹੈਰਾਨ ਰਹਿ ਗਏ। ਕਾਗਜ਼ ਬਾਲ ਬੋਧ ਦਾ ਪਹਿਲਾ ਵਰਕਾ ਸੀ ਜਿਸ ਉੱਤੇ ਮੋਟੇ ਅੱਖਰਾਂ ਵਿੱਚ ਊੜੇ ਆੜੇ ਦੀ 35 ਲਿਖੀ ਸੀ। ਦੋਵੇਂ ਕਈ ਮਿੰਟ ਖੜ੍ਹੇ ਉਸਦੀ ਲਿਖਾਈ ਬਾਰੇ ਇੱਕ ਦੂਜੇ ਵੱਲ ਵੇਖ ਵੇਖ ਕੇ ਹੈਰਾਨੀ ਪ੍ਰਗਟ ਕਰਦੇ ਰਹੇ। ਜਦ ਕੁੜੀ ਨੇ ਸਭ ਤੋਂ ਛੇਕੜਲਾ ਵਰਨ ਲਿਖਣ ਲਈ ਕਾਗਜ਼ ਵੱਲ ਤੱਕਿਆ ਤਾਂ ਝੱਟ ਉਸਦੀ ਨਜ਼ਰ ਸਿਰ 'ਤੇ ਖੜ੍ਹੇ ਦੋਹਾਂ ਬੰਦਿਆਂ 'ਤੇ ਪਈ। ਉਹ ਇਕਦਮ ਡਰ ਗਈ। ਉਹ ਇੰਨੀ ਡਰ ਗਈ ਕਿ ਟੋਕਰੀ ਨੂੰ ਉੱਥੇ ਹੀ ਛੱਡ ਕੇ ਨੱਸ ਉੱਠੀ। ਕੁੜੀ ਅਜੇ 5-4 ਕਦਮ ਹੀ ਗਈ ਹੋਵੇਗੀ ਕਿ ਗਿਆਨੀ ਜੀ ਨੇ ਆਵਾਜ਼ ਦਿੱਤੀ, ਕੁੜੀਏ! ਆਵਾਜ਼ ਸੁਣ ਕੇ ਪਹਿਲਾਂ ਤਾਂ ਕੁੜੀ ਦੀ ਸਲਾਹ ਹੋਈ ਕਿ ਨੱਸੀ ਜਾਵੇ, ਪਰ ਲੱਤਾਂ ਨੇ ਉਸਦਾ ਸਾਥ ਨਾ ਦਿੱਤਾ ਤੇ ਉਹਨਾਂ ਹੀ ਕਦਮਾਂ 'ਤੇ ਖੜੀ ਹੋ ਗਈ। ਇੰਨੇ ਨੂੰ ਗਿਆਨੀ ਜੀ ਨੇ ਦੂਸਰੀ ਆਵਾਜ਼ ਦਿੱਤੀ, ਪੁੱਤਰ ਡਰਨਾ, ਮੈਂ ਤੈਨੂੰ ਮਾਰਦਾ ਨਹੀਂ, ਉਰੇ ਆ, ਮੇਰੀ ਗੱਲ ਸੁਣ। ਕੁੜੀ ਦੀ ਜਾਨ ਵਿੱਚ ਜਾਨ ਆਈ ਤੇ ਉਹ ਸਿਰ ਨੀਵਾਂ ਕੀਤੀ, ਹੌਲੀ ਹੌਲੀ ਤੁਰਦੀ ਉਹਨਾਂ ਦੇ ਸਾਹਮਣੇ ਆ ਕੇ ਖੜੋ ਗਈ। ਗਿਆਨੀ ਜੀ ਨੇ ਪਿਆਰ ਨਾਲ ਪੁੱਛਿਆ, ਕਾਕੋ, ਇਹ ਅੱਖਰ ਲਿਖਣੇ ਤੂੰ ਕਿੱਥੋਂ ਸਿੱਖੇ ਨੇ? ਕੁੜੀ ਫਿਰ ਕੰਬ ਉੱਠੀ। ਉਹ ਸਮਝ ਗਈ ਕਿ ਚੋਰ ਨੂੰ ਚੋਰੀ ਦਾ ਇਕਬਾਲ ਕਰਾਉਣ ਲਈ ਹੀ ਇਹ ਢੰਗ ਵਰਤਿਆ ਜਾ ਰਿਹਾ ਹੈ। ਗਿਆਨੀ ਜੀ ਦੀ ਗੱਲ ਦਾ ਉਸਨੂੰ ਕੋਈ ਜਵਾਬ ਨਾ ਔੜਿਆ। ਗਿਆਨੀ ਜੀ ਨੇ ਉਸਦੇ ਸਿਰ 'ਤੇ ਹੱਥ ਫੇਰਦਿਆਂ ਕਿਹਾ, ਕਾਕੋ, ਤੂੰ ਡਰਨਾ, ਅਸੀਂ ਤੈਨੂੰ ਕੁਝ ਨਹੀਂ ਕਹਿੰਦੇ, ਤੇਰੇ ਸੋਹਣੇ ਅੱਖਰ ਵੇਖ ਕੇ ਮੈਂ ਬਹੁਤ ਖੁਸ਼ ਹੋਇਆ ਹਾਂ, ਤੂੰ ਇਹ ਕਿਸ ਕੋਲੋਂ ਸਿੱਖੇ ਨੇ? ਕੁੜੀ ਦੇ ਦਿਲ ਨੂੰ ਕੁਝ ਖਲੋਤ ਹੋਈ। ਉਹ ਧੀਮੀ ਜਿਹੀ ਆਵਾਜ਼ ਵਿੱਚ ਬੋਲੀ, ਮੈਂ ਆਪੇ ਲਿਖਣੀ ਹੁੰਦੀ ਹਾਂ ਜੀ। ਬਚਨ ਸਿੰਘ ਹੁਣ ਤੱਕ ਹੈਰਾਨੀ ਨਾਲ ਇਹ ਸਭ ਕੁਝ ਵੇਖ ਰਿਹਾ ਸੀ। ਕੁੜੀ ਦੀ ਗੱਲ ਸੁਣ ਕੇ ਉਹ ਆਪ ਮੁਹਾਰਾ ਬੋਲ ਉੱਠਿਆ, ਆਪੇ ਲਿਖੇ ਨੇ, ਕਿਸੇ ਤੋਂ ਸਿੱਖੇ ਨਹੀਂ? ਕੁੜੀ ਦਾ ਨਹੀਂ ਉੱਤਰ ਸੁਣ ਕੇ ਦੋਹਾਂ ਨੂੰ ਹੱਦੋਂ ਬਾਹਰ ਖੁਸ਼ੀ ਹੋਈ। ਗਿਆਨੀ ਜੀ ਨੇ ਫਿਰ ਪੁੱਛਿਆ, ਤੈਨੂੰ ਇਹਨਾਂ ਅੱਖਰਾਂ ਦੇ ਨਾਂ ਆਉਂਦੇ ਨੇ? ਆਹੋ ਜੀ, ਸੁਣਾ ਖਾਂ। ਕੁੜੀ ਨੇ ਰਵਾਂ ਰਵੀਂ 35 ਪੜ੍ਹ ਲਈ ਤੇ ਫਿਰ ਬੋਲੀ, ਜੀ ਮੈਨੂੰ ਮੁਹਾਰਨੀ ਵੀ ਆਉਂਦੀ ਏ। ਗਿਆਨੀ ਹੋਰਾਂ ਬਚਨ ਸਿੰਘ ਵੱਲ ਤੱਕ ਕੇ ਕਿਹਾ, ਬਚਨ ਸਿੰਘ ਜੀ, ਲਿਖਣ ਦਾ ਵੱਲ ਤਾਂ ਭਲਾ ਇਹਨੇ ਵਰਕੇ ਤੋਂ ਸਿੱਖ ਲਿਆ ਸਹੀ, ਪਰ ਪੜ੍ਹਨਾ? ਕੁੜੀ ਬੋਲੀ, ਜੀ ਮੁੰਡੇ ਕੁੜੀਆਂ ਰੋਜ਼ ਲੋਡੇ ਵੇਲੇ ਮੁਹਾਰਨੀਆਂ ਬੁਲਾਉਂਦੇ ਹੁੰਦੇ ਨੇ ਨਾ, ਤਾਂ ਮੈਂ ਸੁਣਦੀ ਰਹਿੰਦੀ ਹਾਂ। ਗਿਆਨੀ ਜੀ ਨੇ ਉਸਦੀ ਪਿੱਠ 'ਤੇ ਹੱਥ ਫੇਰਦਿਆਂ ਹੋਇਆਂ ਕਿਹਾ, ਸ਼ਾਬਾਸ਼ ਬੱਚੀ, ਸ਼ਾਬਾਸ਼, ਤੂੰ ਬੜੀ ਅਕਲ ਵਾਲੀ ਹੈ। ਚੱਲ ਮੈਂ ਤੈਨੂੰ ਕੈਦਾ 'ਤੇ ਪੱਟੀ ਲਿਆ ਦਿੰਦਾ ਵਾਂ, ਤੂੰ ਪੜ੍ਹਿਆ ਕਰ। ਤੇਰਾ ਨਾਂ ਕੀ ਹੈ ਪੁੱਤ? ਜੀ ਸੁੰਦਰੀ। ਬਚਨ ਸਿੰਘ ਬੋਲਿਆ, ਬਾਬਾ ਜੀ, ਇਹ ਤਾਂ ਸ਼ਾਇਦ ਅਛੂਤਾਂ ਦੀ ਕੁੜੀ ਜੇ, ਤੁਸੀਂ ਇਹਨੂੰ ਇਸ ਤਰ੍ਹਾਂ ਬੇਖਟਕੇ ਛੂਹ ਰਹੇ ਹੋ, ਮੈਨੂੰ ਤਾਂ ਇਸ ਗੱਲ ਦਾ ਕੋਈ ਵਿਚਾਰ ਨਹੀਂ, ਪਰ ਪਿੰਡ ਦੇ ਲੋਕ ਬੜੇ ਕੱਬੇ ਜੇ। ਗਿਆਨੀ ਜੀ ਨੇ ਬੇਪਰਵਾਹੀ ਨਾਲ ਕਿਹਾ, ਜੇ ਉਹ ਇਹੋ ਜਿਹੀਆਂ ਹੋਣਹਾਰ ਬੱਚੀਆਂ ਨੂੰ ਛੂਹਣ ਅਤੇ ਵਿੱਦਿਆ ਦੇਣ ਤੋਂ ਰੋਕਦੇ ਨੇ ਤਾਂ ਇਹ ਉਹਨਾਂ ਦਾ ਬਹੁਤ ਅਨਿਆਂ ਹੈ, ਮੈਂ ਇਹੋ ਜਿਹੇ ਲੋਕਾਂ ਦੀ ਪਰਵਾਹ ਨਹੀਂ ਕਰਦਾ। ਬਚਨ ਸਿੰਘ ਹੋਰ ਕੁਝ ਨਾ ਬੋਲਿਆ। ਗਿਆਨੀ ਜੀ ਨੇ ਅੰਦਰੋਂ ਜਾ ਕੇ ਕੈਦਾ ਪੱਟੀ ਅਤੇ ਕਲਮ ਦਵਾਤ ਲਿਆ ਕੇ ਕੁੜੀ ਦੇ ਹਵਾਲੇ ਕਰਦਿਆਂ ਹੋਇਆਂ ਕਿਹਾ, ਲੈ ਪੁੱਤ, ਰੋਜ਼ ਨੇਮ ਨਾਲ ਪੜ੍ਹਿਆ ਲਿਖਿਆ ਕਰ, ਜੇ ਤੇਰਾ ਜੀ ਕਰੇ ਤਾਂ ਇੱਥੇ ਆ ਕੇ ਪੜ੍ਹ ਜਾਇਆ ਕਰ। ਕੁੜੀ ਨੇ ਇਹ ਚੀਜ਼ਾਂ ਲਈਆਂ ਅਤੇ ਇਹ ਪਿਆਰ ਭਰੇ ਵਾਕ ਸੁਣੇ ਜਿਵੇਂ ਕਿਸੇ ਜਨਮ ਦੇ ਅੰਨੇ ਨੂੰ ਅੱਖਾਂ ਮਿਲ ਗਈਆਂ ਹੋਣ। ਸੁੰਦਰੀ ਉੱਡਦੀ ਉੱਡਦੀ ਘਰ ਪੁੱਜੀ। ਬਾਬਾ, ਬਾਬਾ, ਵੇਖ ਮੈਂ ਕੀ ਲਿਆਈ ਹਾਂ, ਕਹਿ ਕੇ ਖੁਸ਼ੀ ਨਾਲ ਡੁੱਲਦੀ ਸੁੰਦਰੀ ਨੇ ਰੋਡੂ ਨੂੰ ਵਾਰੋ ਵਾਰੀ ਸਭ ਚੀਜ਼ਾਂ ਵਿਖਾਈਆਂ ਅਤੇ ਫਿਰ ਬੋਲੀ, ਤੂੰ ਤਾਂ ਕਹਿੰਦਾ ਸੈਂ ਉਹ ਮਾਰਨਗੇ, ਨਾ ਪੜ੍ਹਿਆ ਕਰ। ਉਹ ਸਗੋਂ ਕਹਿੰਦੇ ਸਨ ਤੂੰ ਪੜ੍ਹਿਆ ਕਰ, ਅਸੀਂ ਆਪ ਤੈਨੂੰ ਪੜ੍ਹਾਇਆ ਕਰਾਂਗੇ। ਆਹ ਵੇਖ, ਕਹੀ ਸੋਹਣੀ ਪੱਟੀ, ਨਾਲੇ ਕੈਦਾ, ਨਾਲੇ ਦੋ ਕਾਨੀਆਂ ਵੀ ਦਿੱਤੀਆਂ ਈ। ਕੁੜੀ ਦੀਆਂ ਚੀਜ਼ਾਂ ਵੇਖ ਕੇ ਰੋਡੂ ਨੂੰ ਹੈਰਾਨੀ ਹੋਈ ਕਿ ਇਹ ਚੀਜ਼ਾਂ ਇਸਨੂੰ ਕੌਣ ਦੇਣ ਲੱਗਾ ਸੀ। ਉਸਨੂੰ ਸ਼ੱਕ ਹੋਇਆ ਕਿ ਮਤੇ ਕਿਸੇ ਦੀਆਂ ਚੁੱਕ ਲਿਆਈ ਹੋਵੇ। ਇਹ ਸੋਚ ਕੇ ਉਸਨੇ ਪੁੱਛਿਆ, ਆਹ ਕਿਹਦੀਆਂ ਚੁੱਕ ਲਿਆਈ ਆ? ਜਾ ਪੁੱਤ, ਜਿਹਦੀਆਂ ਲਿਆਂਦੀਆਂ ਜਾ ਕੇ ਦੇ ਆ, ਹੋਰ ਮਤਾਂ ਕਿਤੇ ਸਿਰ ਪੜਵਾਏਗੀ ਮੇਰਾ। ਨਹੀਂ ਬਾਬਾ, ਦੇਵੀ ਦੀ ਸਹੁੰ ਮੈਨੂੰ ਤੇ ਗਿਆਨੀ ਜੀ ਨੇ ਆਪ ਦਿੱਤੀਆਂ ਈ, ਚੱਲ ਤੈਨੂੰ ਪਛਾਵਾਂ।
ਤੇ ਉਹ ਰੋਡੂ ਦਾ ਹੱਥ ਫੜ ਕੇ ਖਿੱਚਣ ਲੱਗੀ। ਸੁੰਦਰੀ ਦੇ ਚਿਹਰੇ ਉੱਤੇ ਦ੍ਰਿੜਤਾ ਤੇ ਨਿਡਰਤਾ ਵੇਖ ਕੇ ਰੋਡੂ ਨੂੰ ਉਸਦੀ ਗੱਲ ਦਾ ਯਕੀਨ ਆ ਗਿਆ। ਨਾਲੇ ਇਸ ਤੋਂ ਬਾਅਦ ਸੁੰਦਰੀ ਨੇ ਜਦ ਸਾਰਾ ਹਾਲ ਸੁਣਾਇਆ ਤਾਂ ਉਸਨੂੰ ਕੋਈ ਸ਼ੰਕਾ ਬਾਕੀ ਨਾ ਰਹੀ। ਇਸੇ ਦਿਨ ਤੋਂ ਸੁੰਦਰੀ ਨੂੰ ਪੜ੍ਹਨ ਲਿਖਣ ਦੀ ਸਹੂਲਤ ਮਿਲ ਗਈ ਤੇ ਉਹ ਕੰਮ ਧੰਦੇ ਤੋਂ ਜਿੰਨਾ ਸਮਾਂ ਬਚਦਾ ਇਸੇ ਕੰਮ ਵਿੱਚ ਖਰਚ ਕਰਨ ਲੱਗੀ। ਇੱਥੋਂ ਤੱਕ ਕਿ ਰਾਤੀਂ ਸੁੱਤੀ ਦਾ ਵੀ ਧਿਆਨ ਪੜ੍ਹਾਈ ਵਿੱਚ ਹੀ ਰਹਿੰਦਾ। ਘੰਟੇ ਦੋ ਘੰਟੇ ਰੋਜ਼ ਗਿਆਨੀ ਜੀ ਪਾਸੋਂ ਸੰਥਾ ਲੈਣ ਵੀ ਚਲੀ ਜਾਂਦੀ ਸੀ। ਗਿਆਨੀ ਜੀ ਭਾਵੇਂ ਦਿਲੋਂ ਉਸਨੂੰ ਹੋਰਨਾਂ ਕੁੜੀਆਂ ਵਿੱਚ ਬਿਠਾਉਣਾ ਚਾਹੁੰਦੇ ਸਨ, ਪਰ ਇਸ ਦੇ ਰਸਤੇ ਵਿੱਚ ਕਈ ਰੁਕਾਵਟਾਂ ਆਉਣ ਦੇ ਖਿਆਲ ਨਾਲ ਉਹਨਾਂ ਬੂਹਿਓਂ ਬਾਹਰ ਹੀ ਉਸ ਲਈ ਇੱਕ ਬੋਰੀ ਦਾ ਤੱਪੜ ਵਿਛਾ ਛੱਡਿਆ ਸੀ, ਜਿੱਥੇ ਬੈਠ ਕੇ ਉਹ ਇਕੱਲੀ ਹੀ ਪੜ੍ਹਦੀ ਸੀ। ਇਹ ਵੀ ਕੁੜੀ ਲਈ ਚੰਗਾ ਹੀ ਹੋਇਆ, ਕਿਉਂਕਿ ਜੇ ਉਹ ਕੁੜੀਆਂ ਵਿੱਚ ਬਹਿੰਦੀ ਤਾਂ ਉਹਨਾਂ ਦੇ ਖਰੂਦ ਹੱਥੋਂ ਉਹਦੇ ਪੱਲੇ ਰੁਪਏ 'ਚੋਂ ਪੈਸਾ ਵੀ ਨਾ ਪੈਂਦਾ। ਪਰ ਉਸਦੀ ਇਕਾਂਤ ਵਿੱਚ ਵੀ ਵਿਘਨ ਪੈਣਾ ਸ਼ੁਰੂ ਹੋ ਗਿਆ। ਕੁੜੀਆਂ ਮੁੰਡੇ ਅੰਦਰ ਬਾਹਰ ਆਉਂਦੇ ਜਾਂਦੇ ਉਸ ਨਾਲ ਕੋਈ ਨਾ ਕੋਈ ਛੇੜਖਾਨੀ ਕਰ ਹੀ ਜਾਂਦੇ ਸਨ। ਸੁੰਦਰੀ ਇਹਨਾਂ ਰੁਕਾਵਟਾਂ ਤੋਂ ਲਾਪਰਵਾਹ ਸਿਰ ਸੁੱਟ ਕੇ ਆਪਣੇ ਕੰਮ ਲੱਗੀ ਰਹਿੰਦੀ ਸੀ, ਪਰ ਉਸਦੇ ਰਾਹ ਵਿੱਚ ਇੱਕ ਹੋਰ ਰੁਕਾਵਟ ਆ ਪਈ ਕਿ ਪਿੰਡ ਦੇ ਸਾਊ ਤੇ ਸਵਾਣੀਆਂ ਵੀ ਹੁਣ ਇੱਕ ਦੂਜੇ ਨਾਲ ਮੂੰਹ ਜੋੜਨ ਲੱਗ ਪਏ ਸਨ। ਇਹ ਸਾਰੀ ਚੁੱਕ ਪਾਲਾ ਸਿੰਘ ਦੀ ਪਾਰਟੀ ਦੀ ਸੀ। ਰਾਹ ਜਾਂਦੇ ਉਹ ਗਿਆਨੀ ਜੀ ਨੂੰ ਵੀ ਧਮਕੀਆਂ ਧੌਂਸਾਂ ਦੇ ਜਾਂਦੇ ਸਨ, ਪਰ ਗਿਆਨੀ ਜੀ ਨੇ ਸੁੰਦਰੀ ਨੂੰ ਪੜਾਉਣਾ ਨਾ ਛੱਡਿਆ। ਹੁੰਦੀ ਹੁੰਦੀ ਗੱਲ ਬਹੁਤ ਵੱਧ ਗਈ, ਇੱਥੋਂ ਤੱਕ ਕਿ ਇੱਕ ਦਿਨ ਜਦ ਚੰਦਾ ਸਿੰਘ ਦੀ ਬੇਬੇ ਦੇ ਉਠਾਲੇ ਸਮੇਂ ਲੋਕੀ ਉਸਦੀ ਹਵੇਲੀ ਵਿੱਚ ਜੁੜੇ ਬੈਠੇ ਸਨ ਤਾਂ ਇਹੋ ਚਰਚਾ ਚੱਲ ਪਈ। ਜਵਾਲਾ ਸਿੰਘ ਦੇ ਕਹਿਣ ਤੇ ਕਿ ਪਿੰਡ ਦੇ ਖੂਹ ਵਿੱਚ ਡਾਕਟਰ ਦਵਾਈ ਪਾ ਗਏ ਨੇ, ਸੁੰਦਰ ਸਿੰਘ ਬੋਲਿਆ, ਦਵਾਈ ਤੇ ਸਾਡੇ ਹੀ ਫਾਇਦੇ ਲਈ ਪਾਉਂਦੇ ਨੇ। ਇਹ ਉਦਣ ਜੀਵਾ ਸਿੰਘ ਦਾ ਮੁੰਡਾ ਬਚਣਾ ਕਹਿੰਦਾ ਸੀ ਵੀ ਦਵਾਈ ਨਾਲ ਤਾਪ ਦੇ ਕੀੜੇ ਜਿਹੜੇ ਪਾਣੀ ਵਿੱਚ ਹੁੰਦੇ ਆ ਨਾ, ਉਹ ਮਰ ਜਾਂਦੇ ਆ। ਨੱਥਾ ਸਿੰਘ ਪਗੜੀ ਨੂੰ ਅੱਖਾਂ ਤੋਂ ਉਤਾਂਹ ਕਰਕੇ ਬੋਲਿਆ, ਹੇ ਖਾਂ, ਦਵਾਈ ਨਾਲ ਤੇ ਸਗੋਂ ਬਿਮਾਰੀਆਂ ਪੈਂਦੀਆਂ, ਪਰਾਰ ਪਤਾ ਜੇ ਤੌਣ ਕਿਉਂ ਪਈ ਸੀ? ਅੰਗਰੇਜ਼ਾਂ ਨੇ ਗੋਲੀਆਂ ਸੁਟਾਈਆਂ ਸਨ, ਚੂਹੇ ਗੋਲੀਆਂ ਖਾ ਕੇ ਮਰ ਗਏ ਤੇ ਉਹਨਾਂ ਦੀ ਮੁਸ਼ਕ ਨਾਲ ਤੌਣ ਪੈ ਗਈ ਤੇ ਘਰਾਂ ਦੇ ਘਰ ਉੱਜੜ ਗਏ। ਸੁੰਦਰ ਸਿੰਘ ਬੋਲਿਆ, ਉਹ ਸਾਨੂੰ ਬਈ ਅਨਪੜ੍ਹਾਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ, ਜਿੱਦਾਂ ਕੋਈ ਕਹਿੰਦਾ ਮੰਨ ਲੈਂਦੇ ਹਾਂ, ਇਹ ਗੱਲਾਂ ਤਾਂ ਪੜ੍ਹੇ ਲਿਖੇ ਹੋਏ ਹੀ ਜਾਣਨ। ਇਹਨੇ ਨੂੰ ਬਾਬਾ ਭਾਨ ਸਿੰਘ ਬੋਲਿਆ, ਓਏ ਵੇਖ ਲਓ ਤੁਹਾਡੇ ਪੜ੍ਹੇ ਹੋਏ, ਸੱਚੀ ਗੱਲ ਦਾ ਭਾਵੇਂ ਤੁਹਾਨੂੰ ਗੁੱਸਾ ਹੀ ਲੱਗੂ, ਚੰਦਰੀ ਜ਼ੁਬਾਨ ਜੋ ਨਾ ਰਹਿੰਦੀ ਹੋਈ, ਜੀਵਾ ਸੋਹਣੇ ਮੁੰਡੇ ਨੂੰ ਪੜ੍ਹਾਇਆ ਕਾਹਦਾ ਏ, ਸਗੋਂ ਉਹਦੀ ਅਕਲ ਨੂੰ ਜੰਦਰਾ ਹੀ ਮਾਰ ਦਿੱਤਾ ਸੂ। ਇਹ ਰੰਗੇਜ਼ੀਆਂ ਕਾਹਦੀਆਂ ਪੜ੍ਹਾਉਂਦੇ ਨੇ, ਚੂੜਿਆਂ ਚਮਾਰਾਂ ਨੂੰ ਰਲਾਉਣ ਦਾ ਠੇਕਾ ਹੀ ਲੈ ਆਉਂਦੇ ਆ। ਰਾਤੀਂ ਵਰਿਆਮਾ ਪਿਆ ਆਉਂਦਾ ਸੀ, ਆਖੇ ਬਚਨੇ ਦੇ ਆਖੇ ਲੱਗ ਕੇ ਧਰਮਸਾਲੀਆ ਭਾਈ ਕਿਸੇ ਕਲੰਦਰਾਂ ਦੀ ਕੁੜੀ ਨੂੰ ਪੜ੍ਹਾਉਣ ਲੱਗ ਪਿਆ। ਇੱਕ ਹੋਰ ਬੋਲਿਆ, ਬਈ ਗੱਲ ਤਾਏ ਨੇ ਲੱਖ ਰੁਪਏ ਦੀ ਕੀਤੀ ਆ, ਮੈਂ ਤਾਂ ਆਪ ਕਈ ਦਿਨਾਂ ਤੋਂ ਉਹਨੂੰ ਗੁਰਦੁਆਰੇ ਅੱਗੇ ਬੈਠੀ ਵਹਿਨਾ, ਕਈ ਵਾਰ ਸਲਾਹ ਵੀ ਹੋਈ ਜੂ ਜੀਵਾ ਸੋਨੂੰ ਜਾ ਕੇ ਸਮਝਾਵਾਂ, ਨਾਲੇ ਉਸ ਗਿਆਨੀ ਨੂੰ ਵੀ ਪੁੱਛਾਂ, ਪਰ ਫਿਰ ਸੋਚਿਆ ਕੌਣ ਰਾਹ ਜਾਂਦੀਆਂ ਲੜਾਈਆਂ ਸਿਹੜੇ, ਨਾਲੇ ਜੀਵਾ ਸੋ ਵਿਚਾਰਾ ਅੱਗੇ ਹੀ ਮੰਜੇ ਨਾਲ ਮੰਜਾ ਹੋਇਆ ਪਿਆ, ਉਹਨੂੰ ਕੀ ਕਹਿਣਾ ਹੋਇਆ, ਪਰ ਇੱਦਾਂ ਤੇ ਨਹੀਂ ਨਾ ਗੁਜ਼ਾਰਾ ਹੁੰਦਾ। ਅੱਜ ਗੁਰਦੁਆਰੇ ਜਾਣ ਲੱਗ ਪਈ ਆ, ਭਲਕੇ ਖੂਹ ਤੇ ਜਾ ਚੜੂਗੀ। ਇੱਕ ਜਣਾ ਹੋਰ ਬੋਲਿਆ, ਉਹ ਤੇ ਆਹੋ ਇਹ ਕਮੀਨ ਲੋਕ ਟਲਣ ਵਾਲੇ ਆ, ਪਤਾ ਜੇ ਰਵਾਣੀ ਪਿੰਡ ਵਿੱਚ ਕਿੱਡਾ ਫਸਾਦ ਮੱਚਿਆ ਸੀ, ਬਿਲਾਦਰੀ ਖਾਲਸਾ ਵਾਲਿਆਂ ਦਵਾਨ ਚੁੱਕ ਕੀਤਾ, ਅਖੇ ਸੁੱਧੀ ਕਰਾਂਗੇ। ਤੀਜਾ ਬੋਲਿਆ, ਬਈ ਭਰਾਓ ਮੈਂ ਤੇ ਸੱਚੀ ਗੱਲ ਮੂੰਹ ਤੇ ਕਹਿੰਦਾ ਜੇ, ਅਜੇ ਵੀ ਡੁੱਲੇ ਪੈਰਾਂ ਦਾ ਕੁਝ ਨਹੀਂ ਜੇ ਵਿਗੜਿਆ, ਜੇ ਇਸ ਗਿਆਨੀ ਨੂੰ ਕਿਸੇ ਮਣੇ ਨਾ ਕੀਤਾ ਤੇ ਰਵਾਣੀ ਵਾਲਾ ਕੁਪਾਤ ਇੱਥੇ ਵੀ ਹੋ ਜੂਗਾ ਜੇ, ਅਖੇ ਇੱਕ ਤੇ ਇੱਕ ਦੋ ਯਾਰਾਂ, ਅੱਗੇ ਇਕੱਲਾ ਬਚਣਾ ਕਿਹੜਾ ਘੱਟ ਸੀ, ਜੋ ਹੁਣ ਉਹੋ ਜਿਹਾ ਗਿਆਨੀ ਆ ਰਲਿਆ। ਪਰਿਓਂ ਬਿਸ਼ਨਾ ਬੋਲਿਆ, ਉਹ ਇੱਦਾਂ ਹੀ ਕਹਿੰਦੇ ਨਾ, ਅਖੇ ਸੰਗ ਤਾਰੇ ਕੁਸੰਗ ਡੋਬੇ, ਭਾਈ ਜੀ ਐਡਾ ਦਿਓਤਾ ਮਨੁੱਖ ਸੀ ਜੋ ਕਦੇ ਅਲਫੋਂ ਬੇ ਨਹੀਂ ਸੀ ਕੁੰਦਾ, ਵੇਲੇ ਕੁ ਵੇਲੇ ਸੱਤ ਕੰਮ ਵੀ ਸਵਾਰ ਕੇ ਦਿੰਦਾ ਸੀ, ਤੇ ਹੈਗਾ ਵੀ ਬੜਾ ਸੀਲ ਸੀ ਜੋ ਜਿੱਦਾਂ ਕਹੋ ਮੰਨ ਲੈਂਦਾ ਸੀ। ਨੱਥਾ ਸਿੰਘ ਕਹਿਣ ਲੱਗਾ, ਤਾਂ ਹੀ ਉਹਦੇ ਬਚਨਾ ਆਉਂਦਿਆਂ ਹੀ ਉਹਦੇ ਵੈਰ ਪੈ ਗਿਆ, ਬਹਾਨੇ ਬਹਾਨੇ ਉਸ ਵਿਚਾਰੇ ਨੂੰ ਕਢਾਉਣ ਲਈ ਕਦੇ ਆਖੇ ਮੁੰਡੇ ਕੁੜੀਆਂ ਨੂੰ ਪੜ੍ਹਾਇਆ ਕਰ, ਕਦੇ ਕਹਿੰਦਾ ਗ੍ਰੰਥ ਸਾਹਿਬ ਲਾਇਆ ਕਰ, ਆਹ ਕਰ ਉਹ ਕਰ, ਤੇ ਆਹੋ ਗਏ ਇਸੇ ਗੱਲੋਂ ਖਿੱਚ ਕੇ ਤੇ ਉਸ ਨਿਮਾਣੇ ਨੂੰ ਕੈਦ ਕਰਾਇਆ ਸੂ। ਪਰ ਬਈ ਸਾਨੂੰ ਕੀ ਖਬਰ ਸੀ ਇਹਨਾਂ ਵਿਚਲੀਆਂ ਗੱਲਾਂ ਦੀ, ਉਹ ਜੋ ਰੋਜ਼ ਆ ਕੇ ਕਹਿੰਦਾ ਸੀ ਵੀ ਜਵਾਕਾਂ ਨੂੰ ਪੜ੍ਹਨ ਘੱਲਿਆ ਕਰੋ, ਅਸੀਂ ਵੀ ਆ ਗਏ ਉਹਦੀਆਂ ਗੱਲਾਂ ਵਿੱਚ। ਤੇ ਦੱਸ ਇੰਨਾ ਜੋ ਚਿਰ ਹੋ ਗਿਆ ਪੜ੍ਹਾਇਆ ਕੀ ਸੂ, ਸਗੋਂ ਨਿਆਣੇ ਘਰ ਦਾ ਮਾੜਾ ਮੋਟਾ ਕੰਮ ਕਰਦੇ ਸੀ ਉਹ ਵੀ ਗਿਆ, ਅਸੀਂ ਤੇ ਪਹੁ ਮੁੜ ਕੇ ਕੁੜੀ ਨੂੰ ਘੱਲਣਾ ਕੋਈ ਨਹੀਂ ਜੇ ਪੜ੍ਹਨ। ਸੁੰਦਰ ਸੋਂ ਬੋਲਿਆ, ਉਹ ਤਾਇਆ ਤੂੰ ਨਹੀਂ ਘੱਲਣਾ ਤੇ ਹੋਰ ਕਿਹੜਾ ਘੱਲਣ ਲੱਗਾ, ਮੈਂ ਤੇ ਜਾ ਕੇ ਪੱਟੀਆਂ ਸੁੱਟੂ ਖੂਹ 'ਚ, ਕੁੜੀ ਚੰਗੀ ਭਲੀ ਸਾਰੇ ਕੰਮ ਕਰਦੀ ਸੀ, ਜਿੱਦਣ ਦੀ ਪੜ੍ਹਨ ਦਾ ਪੌੜਾ ਲੈ ਬੈਠੀ ਹੱਥ ਹੀ ਨਹੀਂ ਲਾਉਂਦੀ ਕਿਸੇ ਕੰਮ ਨੂੰ। ਪਰਿਓਂ ਇੱਕ ਜਣਾ ਬੋਲਿਆ, ਹੁਣ ਨੂੰ ਕਦੇ ਦੀਆਂ ਇਹ ਸਫ਼ਾਂ ਵਲੇਟੀਆਂ ਜਾਣੀਆਂ ਸਨ ਜੇ ਪਾਲਾ ਸੋਂ ਬਾਹਰ ਹੁੰਦਾ। ਉਹਦੇ ਨਾਲ ਦਾ ਇੱਕ ਹੋਰ ਭਰਾ ਬੋਲਿਆ, ਭਰਾਓ ਗੱਲ ਕੀਤੀ ਹੋਈ ਜਾਂਦੀ ਜੇ ਦੂਰ, ਅਸੀਂ ਤਾਂ ਮੂੰਹ ਪਾੜ ਕੇ ਆਉਂਦੇ ਕੁਝ ਨਹੀਂ, ਪਰ ਲੋਕਾਂ ਤੋਂ ਗੁੱਝੀਏ। ਜਾਣ ਦਿਓ ਭਰਾਓ ਇਹਨਾਂ ਗੱਲਾਂ ਦੇ ਫੁੱਲ ਨੇ ਕੱਲ੍ਹ ਨੂੰ ਫੋਲ ਦਿਓ,
ਪਾਲਾ ਸੋ ਦੀ ਕੈਦ ਵੀ ਥੋੜ੍ਹਾ ਹੀ ਚਿਰ ਰਹਿ ਗਈ ਆ। ਅੱਬਲ ਦੇ ਖੌਰੇ ਅਪੀਲ 'ਚੋਂ ਹੀ ਬਰੀ ਹੋਜੂ, ਆਪੇ ਜਦੋਂ ਆਊ ਤਾਂ ਸੱਚ ਝੂਠ ਪਿਆ ਨਿੱਤਰੂ, ਸਾਨੂੰ ਕੀ ਪਈ ਆ। ਇਸੇ ਤਰ੍ਹਾਂ ਦੀਆਂ ਗੱਲਾਂ ਹੋਰ ਚੋਖਾ ਚਿਰ ਹੁੰਦੀਆਂ ਰਹੀਆਂ, ਪਰ ਕਿਸੇ ਸਿੱਟੇ 'ਤੇ ਕੋਈ ਨਾ ਪੁੱਜ ਸਕਿਆ, ਕਿਉਂਕਿ ਪਿੰਡ ਦਾ ਮੋਰ ਮੁਕਟ ਪਾਲਾ ਸਿੰਘ ਅਤੇ ਉਸ ਦੀ ਮੰਡਲੀ ਜੇਲ੍ਹ ਵਿੱਚ ਸੀ। ਤੁਸੀਂ ਸੁਣ ਰਹੇ ਸੀ ਨਾਵਲਕਾਰ ਨਾਨਕ ਸਿੰਘ ਦਾ ਲਿਖਿਆ ਨਾਵਲ ਚਿੱਟਾ ਲਹੂ ਦਾ 15ਵਾਂ ਭਾਗ। ਅੱਜ ਇੰਨਾ ਹੀ, ਰੱਬ ਰਾਖਾ।